प्यारे बच्चों सत श्री अकाल चौथी जमात ਦੇ ਗਣਿਤ ਵਿਸ਼ੇ ਦੇ ਬਹੁ ਵਿਕਲਪਿਕ ਸਵਾਲ ਹੱਲ ਕਰਾਂਗੇ ਇਸ ਵਿੱਚ ਤੁਹਾਨੂੰ 4 ਉੱਤਰ ਦਿੱਤੇ ਜਾਣਗੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਸਹੀ ਉੱਤਰ ਦੀ ਚੋਣ ਕਰਨੀ ਹੈ ਸੋ ਆਓ ਸ਼ੁਰੂ ਕਰਦੇ ਹਾਂ ਦਿੱਤੀ ਗਈ ਅਕਿਰਤੀ ਦੇ ਕਿੰਨੇ ਹਿੱਸੇ ਵਿੱਚ ਰੰਗ ਕੀਤਾ ਗਿਆ ਹੈ ਇਸ ਦੇ 4 ਵਿਕਲਪ ਹੇਠਾਂ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਉੱਤਰ ਸਹੀ ਹੈ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਅਸੀਂ ਇਸ ਆਕਿਰਤੀ ਦੇ ਬਾਰੇ ਦੇਖਦੇ ਹਾਂ ਇਸ ਤੇ ਕਿੰਨੇ ਹਿੱਸੇ ਹਨ 1 2 3 ਅਤੇ 4 ਤਾਂ ਇਹ ਜੋ 4 ਕੁੱਲ ਹਿੱਸੇ ਹਨ ਇਹਨਾਂ ਨੂੰ ਹਰ ਕਿਹਾ ਜਾਂਦਾ ਹੈ ਅਤੇ ਇਸ ਦਾ ਜੋ ਇਹ ਰੰਗਿਆ ਭਾਗ ਹੈ ਇਹ ਕਿੰਨੇ ਹਨ 1 ਤਾਂ ਇਸ ਨੂੰ ਅੰਸ਼ ਕਿਹਾ ਜਾਂਦਾ ਹੈ ਤਾਂ ਹੁਣ ਅਸੀਂ ਛੇਠਾਂ ਦਿੱਤੇ ਉਤਰਾਂ ਵਿੱਚੋਂ ਦੇਖਦੇ ਹਾਂ ਕਿ ਕਿਸ ਵਿੱਚ ਸਾਡਾ ਸਹੀ ਉਤਰ ਹੈ ਸਭ ਤੋਂ ਪਹਿਲਾਂ ਅਸੀਂ ਊੜਾਂ ਨੂੰ ਦੇਖਦੇ ਹਾਂ ਤਾਂ ਇੱਥੇ 1/2 ਹੈ ਜਿਸਦਾ ਭਾਗ ਹੈ ਦੋਵਾਂ ਵਿੱਚੋਂ ਇੱਕ ਭਾਗ ਰੰਗਿਆ ਹੋਇਆ ਇਹ ਵੀ ਉਤਰ ਸਹੀ ਨਹੀਂ ਹੈ ਫਿਰ ਅੱਗੇ ਐੜਾ ਦੇਖਦੇ ਹਾਂ ਇੱਥੇ 1/4 ਹੈ ਭਾਗ ਚਾਰਾਂ ਦੇ ਵਿੱਚੋਂ ਇੱਕ ਭਾਗ ਰੰਗਿਆ ਹੋਇਆ ਹੈ ਇਹ ਸਾਡਾ ਸਹੀ ਉਤਰ ਹੈ ਅਗਲਾ ਸਵਾਲ ਹੇਠਾਂ ਦਿੱਤੇ ਚਿੱਤਰ ਨੂੰ ਦੇਖ ਕੇ ਦੱਸੋ ਕਿ ਕਿਹੜਾ ਚਿੱਤਰ ਰੱਗੇ ਹਿੱਸੇ ਦੀ ਭਿੰਨ 3/4 ਨੂੰ ਦਰਸਾ ਰਿਹਾ ਹੈ ਸੋ ਪਿਆਰੇ ਬੱਚਿਓ ਹੇਠਾਂ ਦਿੱਤੇ ਉਤਰਾਂ ਦੇ ਵਿੱਚੋਂ ਅਸੀਂ ਦੇਖਣਾ ਹੈ ਕਿ ਕੁੱਲ 4 ਭਾਗਾਂ ਦੇ ਵਿੱਚੋਂ ਕਿਸ ਵਿੱਚ 3 ਭਾਗ ਰੰਗੇ ਹੋਏ ਹਨ ਪਹਿਲੇ ਦੇ ਵਿੱਚ ਦੇਖਦੇ ਹਾਂ ਤਾਂ ਇਸ ਵਿੱਚ ਚਾਰਾਂ ਦੇ ਵਿੱਚੋਂ ਕੇਵਲ ਇੱਕ ਹਿੱਸਾ ਰੰਗਿਆ ਹੋਇਆ ਹੈ ਭਾਅ 1/4 ਹੈ ਇਹ ਵੀ ਸਹੀ ਉਤਰ ਨਹੀਂ ਹੈ ਦੂਸਰਾ ਦੋਵਾਂ ਦੇ ਵਿੱਚੋਂ ਇੱਕ ਭਾਗ ਰੰਗਿਆ ਹੋਇਆ ਹੈ ਭਾਗ 1/2 ਹੈ ਇਹ ਵੀ ਉੱਤਰ ਸਹੀ ਨਹੀਂ ਹੈ ਇਸ ਤੋਂ ਬਾਅਦ ਅਸੀਂ ਤੀਸਰਾ ਈਡੀ অপਸ਼ਨ ਦੇਖਦੇ ਹਾਂ ਤਾਂ ਇਸ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਵਿੱਚ ਚਾਰਾਂ ਵਿੱਚੋਂ ਤਿੰਨ ਭਾਗ ਰੰਗੇ ਹੋਏ ਹਨ ਭਾਗ ਇਹ 3/4 ਨੂੰ ਸਹੀ ਦਰਸਾ ਰਿਹਾ ਹੈ ਤਾਂ ਸਾਡਾ ਜੋ ਸਹੀ ਉੱਤਰ ਹੈ ਉਹ ਹੈ ED ਜੋ ਕਿ 3/4 ਭਿੰਨ ਨੂੰ ਦਰਸਾ ਰਿਹਾ ਹੈ ਸ਼ੁਰੂ ਕਰਦੇ ਹਾਂ ਅਗਲਾ ਸਵਾਲ ਚਿੱਤਰ ਵਿੱਚ ਰੰਗਦਾਰ ਹਿੱਸਾ ਕਿਹੜੀ ਭਿੰਨ ਨੂੰ ਦਰਸਾਉਂਦਾ ਹੈ ਸੋ ਪਿਆਰੇ ਬੱਚਿਓ ਅਸੀਂ ਦੇਖਦੇ ਹਾਂ ਇਸ ਦੇ ਕਿੰਨੇ ਭਾਗ ਹਨ 1 2 3 ਅਤੇ 4 ਤਾਂ ਹੁਣ ਇਸ ਚਿੱਤਰ ਦੇ ਕੁੱਲ ਸਹਿ ਹਨ 4 ਭਾਗ 4 ਹੋਣਾ ਚਾਹੀਦਾ ਹੈ ਅਤੇ ਰੰਗੇ ਹਿੱਸੇ ਕਿੰਨੇ ਹਨ 1 2 ਅਤੇ 3 ਤੇ ਰੰਗਦਾਰ ਹਿੱਸਾ ਹੈ 3 ਭਾਗ ਅੰਸ਼ 3 ਅਤੇ ਹਰ 4 ਹੋਣਾ ਚਾਹੀਦਾ ਹੈ ਭਾਗ 3/4 ਅਸੀਂ ਦੇਖਦੇ ਹਾਂ ਸਾਡਾ ਉੱਤਰ ਕਿਹੜਾ ਹੈ ਉੜਾ ਦੇਖਦੇ ਹਾਂ ਇੱਥੇ 1/4 ਹੈ ਭਾਗ ਚਾਰਾਂ ਦੇ ਵਿੱਚੋਂ ਇੱਕ ਭਾਗ ਰੰਗਿਆ ਹੋਇਆ ਹੈ ਇਹ ਵੀ ਸਹੀ ਉੱਤਰ ਨਹੀਂ ਹੈ ਫਿਰ ਅਗੇ ਆੜਾ ਦੇਖਦੇ ਹਾਂ ਇੱਥੇ 1/2 ਹੈ ਭਾਵ ਦੋਹਾਂ ਦੇ ਵਿੱਚੋਂ ਇੱਕ ਭਾਗ ਰੰਗਿਆ ਹੋਇਆ ਹੈ ਇਹ ਵੀ ਠੀਕ ਨਹੀਂ ਹੈ ਅਗੇ ਈੜੀ ਦੇ ਵਿੱਚ 2/3 ਭਾਵ ਤਿੰਨਾਂ ਦੇ ਵਿੱਚੋਂ ਦੋ ਭਾਗ ਰੰਗੇ ਹਨ ਇਹ ਵੀ ਠੀਕ ਨਹੀਂ ਹੈ ਜਦੋਂ ਅਸੀਂ ਸਸਾ ਨੂੰ ਦੇਖਦੇ ਹਾਂ ਤਾਂ ਇੱਥੇ 3/4 ਹੈ ਭਾਵ ਚਾਰਾਂ ਵਿੱਚੋਂ ਤਿੰਨ ਭਾਗ ਰੰਗੇ ਹੋਏ ਹਨ ਤਾਂ ਸਾਡਾ ਸਹੀ ਉੱਤਰ ਹੈ ਸਸਾ ਅਗਲਾ ਸਵਾਲ ਬਿਨਾਂ ਰੰਗੇ ਹਿੱਸੇ ਦੀ ਬਣਦੀ ਸਹੀ ਭਿੰਨ ਤੇ ਨਿਸ਼ਾਨ ਲਗਾਓ ਸੋ ਪਿਆਰੇ ਬੱਚਿਓ ਇਸ ਚਿੱਤਰ ਵਿੱਚ ਕੁੱਲ ਹਿੱਸੇ ਕਿੰਨੇ ਹਨ ਦੋ ਇਸ ਦਾ ਜੋ ਬਿਨਾਂ ਰੰਗਿਆ ਹਿੱਸਾ ਹੈ ਉਹ ਹੈ ਇੱਕ ਇਸ ਦਾ ਮਤਲਬ ਹੈ ਬਿਨਾਂ ਰੰਗੇ ਹਿੱਸੇ ਦੀ ਸਹੀ ਭਿੰਨ ਹੋਏਗੀ 1/2 ਇਸ ਦਾ ਸਹੀ ਉੱਤਰ ਲੈਣ ਲਈ ਅਸੀਂ ਜਦੋਂ ਇਹ ਆਪਸ਼ਨ ਦੇਖਦੇ ਹਾਂ ਦਾ ਪਹਿਲਾ ਉੜਾ 1/2 ਜੋ ਕਿ ਬਿਨਾਂ ਰੰਗੇ ਹਿੱਸੇ ਦੀ ਸਹੀ ਭਿੰਨ ਨੂੰ ਦਰਸਾਉਂਦਾ ਹੈ ਇਹ ਸਹੀ ਉੱਤਰ ਹੈ ਅੱਗੇ ਸ਼ੁਰੂ ਕਰਦੇ ਹਾਂ ਪਿਆਰੇ ਬੱਚਿਓ ਅਗਲਾ ਸਵਾਲ ਹੇਠਾਂ ਦਿੱਤੇ ਚਿੱਤਰ ਦੇ ਅੱਧੇ ਹਿੱਸੇ ਵਿੱਚ ਲਾਲ ਅਤੇ ਅੱਧੇ ਹਿੱਸੇ ਵਿੱਚ ਪੀਲਾ ਰੰਗ ਭਰਨਾ ਹੈ ਤਾਂ ਚਿੱਤਰ ਵਿੱਚ ਬਣੇ ਕਿੰਨੇ ਡੱਬਿਆਂ ਵਿੱਚ ਲਾਲ ਰੰਗ ਭਰਾਂਗੇ ਸਾਨੂੰ ਇਹ ਉੱਤਰ ਦਿੱਤੇ ਗਏ ਹਨ ਪਿਆਰੇ ਬੱਚਿਓ ਅਸੀਂ ਦੇਖਦੇ ਹਾਂ ਕਿ ਇਸ ਚਿੱਤਰ ਦੇ ਕੁੱਲ ਭਾਗ ਕਿੰਨੇ ਹਨ 2 ਜਾ ਜਿਹੜੇ ਦੋ ਭਾਗ ਹਨ ਇਹਨਾਂ ਵਿੱਚੋਂ ਅੱਧਿਆਂ ਵਿੱਚ ਰੰਗ ਭਰਨਾ ਹੈ ਸਾਨੂੰ ਪਤਾ ਹੈ ਕਿ ਦੋ ਦੇ ਅੱਧੇ ਕਿੰਨੇ ਹੁੰਦੇ ਹਨ ਸੋਚ ਕੇ ਦੇਖੀਏ ਤਾਂ ਸਾਨੂੰ ਪਤਾ ਹੈ ਕਿ ਦੋ ਦੇ ਅੱਧੇ ਹੁੰਦੇ ਹਨ ਇੱਕ ਤਾਂ ਪਿਆਰੇ ਬੱਚਿਓ ਇੱਥੇ ਅਸੀਂ ਇੱਕ ਡੱਬੇ ਦੇ ਵਿੱਚ ਲਾਲ ਰੰਗ ਭਰਾਂਗੇ ਸੋ ਸਾਡਾ ਸਹੀ ਉੱਤਰ ਹੈ ਸ 1 ਸੋ ਪਿਆਰੇ ਬੱਚਿਓ ਹੁਣ ਸਮਾਂ ਹੈ ਕਰਦੇ ਕੰਮ ਦਾ ਇਹ ਜੋ ਸਵਾਲ ਅੱਜ ਆਪਾਂ ਕਲਾਸ ਵਿੱਚ ਕੀਤੇ ਹਨ ਇਹਨਾਂ ਨੂੰ ਤੁਸੀਂ ਆਪ ਸੋਣਾ ਕਰਕੇ ਕਾਪੀਆਂ ਤੇ ਹੱਲ ਕਰਨਾ ਹੈ ਸੋ ਜਦੋਂ ਵੀ ਤੁਹਾਡਾ ਪੈਸਟ ਦਾ ਟੈਸਟ ਹੋਏਗਾ ਤੇ ਉਦੋਂ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਸਵਾਲ ਤੁਹਾਨੂੰ ਆਉਣਗੇ ਤਾਂ ਉਹਨਾਂ ਦੇ ਵਿੱਚ ਰੰਗੇ ਹੋਏ ਹਿੱਸੇ ਦੀ ਭਿੰਨ ਜਾਂ ਬਿਨਾਂ ਰੰਗੇ ਹੋਏ ਹਿੱਸੇ ਦੀ ਜੋ ਭਿੰਨ ਪੁੱਛੀ ਜਾਂਦੀ ਹੈ ਉਸ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਦੇਖ ਕੇ ਉਸ ਦਾ ਸਹੀ ਉੱਤਰ ਦੇਣਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ